ਸਾਡੇ ਸਮਾਜ ਵਿੱਚ ਸਰੀਰਕ ਪੱਖੋਂ ਲਾਚਾਰ ਵਿਅਕਤੀ ਨੂੰ ਹੀਨਤਾ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਤੇ ਉਸ ਨੂੰ ਸਮਾਜ ਲਈ ਇੱਕ ਬੋਝ ਸਮਝਿਆ ਜਾਂਦਾ ਹੈ। ਦੁਨੀਆ ਤੋਂ ਨਕਾਰੇ ਜਾਣ ਦੇ ਬਾਵਜੂਦ ਕੁਝ ਵਿਅਕਤੀ ਅਜਿਹੇ ਵੀ ਹੁੰਦੇ ਹਨ ਜੋ ਕਿ ਆਪਣੇ ਬਲਬੂਤੇ ਉਹ ਘਰ ਦਿਖਾਉਂਦੇ ਹਨ ਜੋ ਕਿ ਆਮ ਇਨਸਾਨ ਲਈ ਮੁਨਾਸਿਬ ਨਹੀਂ ਹੁੰਦਾ। ਕੁਝ ਅਜਿਹਾ ਹੀ ਘਰ ਦਿਖਾਇਆ ਜ਼ਿਲ੍ਹਾ ਜਲੰਧਰ ਦੇ ਪਿੰਡ ਲਸਾਰਾ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਨੇ। ਕਿਵੇਂ ਸਰੀਰਕ ਪੱਖੋਂ ਲਾਚਾਰ ਹੋਣ ਦੇ ਬਾਵਜੂਦ ਮਨਪ੍ਰੀਤ ਸਾਡੇ ਸਮਾਜ ਨੂੰ ਇੱਕ ਸੇਧ ਦੇ ਰਿਹਾ ਹੈ, ਆਹ ਤੁਹਾਨੂੰ ਦਿਖਾਉਂਦੇ ਹਾਂ। ਇੱਕ ਪਾਸੇ ਦੁਨੀਆ ਦੇ ਉਹ ਲੋਕ ਨੇ ਜੋ ਪੂਰੇ ਤੰਦਰੁਸਤ ਹੋਣ ਦੇ ਬਾਵਜੂਦ ਨਸ਼ਿਆਂ ਪਿੱਛੇ ਲੱਗ ਕੇ ਆਪਣੇ ਸਰੀਰ ਦਾ ਸਤਿਆਨਾਸ਼ ਮਾਰ ਲੈਂਦੇ ਨੇ ਤੇ ਦੂਜੇ ਪਾਸੇ ਅਜਿਹੇ ਵੀ ਲੋਕ ਨੇ ਜੋ ਕੁਦਰਤ ਵੱਲੋਂ ਸਰੀਰ ਦੇ ਨਕਾਰਾ ਹੋਣ ਦੇ ਬਾਵਜੂਦ ਵੀ ਉਹ ਮੱਲਾ ਮਾਰ ਜਾਂਦੇ ਨੇ ਕਿ ਲੋਕ ਵੀ ਉਸ ਤੋਂ ਹੈਰਾਨ ਰਹਿ ਜਾਂਦੇ ਨੇ। ਅਜਿਹਾ ਹੀ ਇੱਕ ਸ਼ਖਸ ਹੈ ਪਿੰਡ ਲਸਾਰਾ ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਮਨਪ੍ਰੀਤ ਸਿੰਘ ਜਗੈਤ ਪੁੱਤਰ ਸਰਦਾਰ ਦਿਲਭਾਗ ਸਿੰਘ ਜੋ ਕਿ 14 ਸਾਲ ਦੀ ਉਮਰ ਵਿੱਚ ਸਰੀਰ ਪੱਖੋਂ ਨਕਾਰਾ ਹੋਣ ਦੇ ਬਾਵਜੂਦ ਅੱਜ 30 ਸਾਲ ਦੀ ਉਮਰ ਵਿੱਚ ਉਸ ਮੁਕਾਮ ਤੇ ਪਹੁੰਚ ਗਿਆ ਜਿੱਥੇ ਕੋਈ ਬਿਰਲਾ ਵੀ ਨਹੀਂ ਪਹੁੰਚ ਸਕਿਆ। ਜੀ ਹਾਂ, ਮਨਪ੍ਰੀਤ ਸਿੰਘ ਕੰਪਿਊਟਰ ਵਿੱਚ ਉਹ ਮੁਹਾਰਤ ਹਾਸਿਲ ਕਰ ਚੁੱਕਾ ਹੈ ਕਿ ਕੰਪਿਊਟਰ ਦੇ ਮਾਹਿਰ ਵੀ ਉਸ ਅੱਗੇ ਖੜੇ ਨਹੀਂ ਹੋ ਸਕਦੇ। ਮਨਪ੍ਰੀਤ ਸਿੰਘ ਦੀ ਮਾਤਾ ਅਵਤਾਰ ਕੌਰ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਦਾ ਜਨਮ 4 ਮਈ 1983 ਨੂੰ ਹੋਇਆ ਸੀ ਤੇ ਘਰ ਵਿੱਚ ਸਭ ਤੋਂ ਛੋਟਾ ਹੋਣ ਕਰਕੇ ਮਾਂ ਬਾਪ ਅਤੇ ਭਰਾ ਭੈਣ ਨੇ ਬੜੇ ਲਾਡਾ ਪਿਆਰਾਂ ਨਾਲ ਮਨਪ੍ਰੀਤ ਦੀ ਪਰਵਰਿਸ਼ ਕੀਤੀ। ਮਨਪ੍ਰੀਤ ਅਜੇ ਪਹਿਲੀ ਜਮਾਤ ਵਿੱਚ ਹੀ ਪਹੁੰਚਿਆ ਸੀ ਕਿ ਅਚਾਨਕ ਉਸਦਾ ਸੱਜਾ ਹੱਥ ਕੰਮ ਕਰਨੋਂ ਹਟ ਗਿਆ, ਪਰ ਫਿਰ ਵੀ ਮਨਪ੍ਰੀਤ ਦਾ ਹੌਸਲਾ ਨਹੀਂ ਡੋਲਿਆ ਤੇ ਉਸਨੇ ਖੱਬੇ ਹੱਥ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਹੌਲੀ ਹੌਲੀ ਮਨਪ੍ਰੀਤ ਦਾ ਅੱਧੇ ਨਾਲੋਂ ਜ਼ਿਆਦਾ ਸਰੀਰ ਕੰਮ ਕਰਨੋਂ ਹਟ ਗਿਆ ਤੇ ਕਈ ਜਗ੍ਹਾ ਇਲਾਜ ਦੌਰਾਨ 1 ਮਹੀਨਾ ICU ਵਿੱਚ ਰਹਿਣ ਤੋਂ ਬਾਅਦ ਮਨਪ੍ਰੀਤ ਜਦ ਘਰ ਆਇਆ ਤਾਂ ਉਸਨੂੰ ਨਵੀਂ ਕਿਸਮ ਦੀ ਜ਼ਿੰਦਗੀ ਦਾ ਸਾਹਮਣਾ ਕਰਨਾ ਪਿਆ ਤੇ ਉਸਨੂੰ ਸਾਰੀ ਜ਼ਿੰਦਗੀ ਵੀ ਆਪਣੇ ਪਰਿਵਾਰਿਕ ਮੈਂਬਰਾਂ ਤੇ ਨਿਰਭਰ ਹੋਣਾ ਪੈ ਗਿਆ। ਇਹ 4 ਸਾਲ 5 ਸਾਲ ਦੀ ਉਮਰ ਦੇ ਵਿੱਚ ਇਹ ਕਮਜ਼ੋਰ ਹੋਣਾ ਸ਼ੁਰੂ ਹੋਇਆ ਔਰ ਇਹਦੀ ਕਮਜ਼ੋਰੀ ਦਾ ਪਤਾ ਸਾਨੂੰ ਨਹੀਂ ਲੱਗ ਸਕਿਆ। ਅਸੀਂ ਡਾਕਟਰੀ ਇਲਾਜ ਬਹੁਤ ਕਰਵਾਇਆ, CMC ਲੈ ਕੇ ਗਏ, ਉੱਥੇ 1.5 ਸਾਲ ਇਲਾਜ ਚੱਲਦਾ ਰਹੇ, ਮਤਲਬ ਇਹਦਾ ਬਹੁਤ ਥਾਵਾਂ 'ਤੇ ਅਸੀਂ ਇਲਾਜ ਕਰਵਾਇਆ ਅਤੇ 9 ਸਾਲ ਜਦੋਂ ਹੋ ਗਏ ਬਿਮਾਰ ਹੋਏ, ਮਤਲਬ 15 ਸਾਲ ਦੀ ਉਮਰ ਹੋ ਗਈ, ਫਿਰ ਇਹਦਾ ਇਹ ਪਤਾ ਲੱਗਿਆ ਕਿ ਇਹਦੇ ਗਲੇ ਦੇ ਵਿੱਚ ਸੋਰੀ ਹੈ। ਉਹ ਸਰਸੌਰੀ ਦਾ ਅਸੀਂ ਫਿਰ PGI ਦੇ ਵਿੱਚ ਆਪਰੇਸ਼ਨ ਹੋਇਆ, ਉੱਥੇ ਇਲਾਜ ਹੋਇਆ, ਪਰ ਇਹਦਾ ਉਨੇ ਟਾਈਮ ਦੇ ਵਿੱਚ ਸਰੀਰ ਸਾਰਾ ਜੋ ਗਰਦਨ ਤੋਂ ਥੱਲੇ ਹੈ ਉਹ ਸਾਰਾ ਡੈਡ ਹੋ ਚੁੱਕਿਆ। ਔਰ ਬੜਾ ਜਨਮ ਤੋਂ ਹੀ ਬੜਾ ਹੁਸ਼ਿਆਰ ਸੀਗਾ, ਹੋਣਹਾਰ ਸੀਗਾ, ਬੱਚਿਆਂ ਵਾਲੀਆਂ ਖੇਡਣ ਖੇਡਣੀਆਂ ਚਾਹੁੰਦਾ ਸੀਗਾ, ਇਹ ਚਾਹੁੰਦਾ ਸੀਗਾ ਕਿ ਮੈਂ ਕੋਈ ਵੱਡੀਆਂ ਬੁਲੰਦੀਆਂ ਨੂੰ ਛੋਵਾਂ, ਪਰ ਇਹਦਾ ਸੁਪਨਾ ਨਹੀਂ ਪੂਰਾ ਹੋ ਸਕਿਆ। ਪਰ ਇਹਨੂੰ ਹਿੰਮਤ ਨਹੀਂ ਮਾਰੀ, ਫਿਰ ਵੀ ਕਰਦਿਆਂ ਕਰਦਿਆਂ ਇਹਨੇ ਇਲਾਜ ਕਰਕੇ ਥੋੜ੍ਹਾ ਠੀਕ ਹੋਇਆ, ਬੈੱਡ 'ਤੇ ਆ ਗਿਆ, ਵੀਲ ਚੇਅਰ 'ਤੇ ਬੈਠਿਆਂ ਬੈਠਿਆਂ ਇਹਦੇ ਕੋਲ ਬੱਚੇ ਬਹੁਤ ਖੇਡਣ ਲਈ ਆਉਂਦੇ ਸੀਗੇ, ਜਿਹੜੇ ਬੱਚੇ ਉਹ ਫਿਰ ਵੱਡੇ ਹੋ ਗਏ, ਉਹ ਆਪਣੇ ਆਪਣੇ ਸਕੂਲਾਂ 'ਚ ਜਾਂ ਕੰਮਾਂ 'ਚ ਚਲੇ ਗਏ ਅਤੇ ਇਕੱਲਾ ਰਹਿ ਕੇ ਉਦਾਸ ਹੋਣ ਲੱਗਿਆ। ਫਿਰ ਇਹਨੇ ਕੰਪਿਊਟਰ ਦੀ ਮੰਗ ਕੀਤੀ ਸਰ ਤੋਂ, ਜੋ ਕਿ ਇਸ ਨੂੰ ਅਸੀਂ ਪੂਰਾ ਜਵਾਬ ਦੇ ਦਿੱਤਾ ਕਿ ਕੰਪਿਊਟਰ ਨਾ ਤੂੰ ਚਲਾ ਸਕਦਾ ਨਾ ਸਾਡੇ ਘਰ ਵਿੱਚ ਕੋਈ ਪੜ੍ਹਿਆ ਲਿਖਿਆ ਅਸੀਂ ਨਹੀਂ ਰਹਿੰਦਾ। ਫਿਰ ਅਸੀਂ ਆਪਣੇ ਮਾਮੇ ਨੂੰ ਮਤਲਬ ਦੱਸਿਆ ਕਿ ਮੈਂ ਕੰਪਿਊਟਰ ਲੈਣਾ ਚਾਹੁੰਦਾ, ਇਸ ਦੇ ਮਾਮੇ ਫਿਰ ਪੈਸੇ ਭੇਜ ਦਿੱਤੇ ਅਤੇ ਕੰਪਿਊਟਰ ਲੈ ਲਿਆ। ਅਸੀਂ ਹੈਰਾਨ ਸੀ ਕਿ ਕੰਪਿਊਟਰ ਨੂੰ ਕੀ ਕਰੂ ਕਰੇ, ਇਹਨੇ ਕੰਪਿਊਟਰ ਲਿਆ, ਇੱਕ ਨਾਲ ਆਪਣੇ ਦੋਸਤ ਨੂੰ ਨਾਲ ਲੈ ਲਿਆ ਅਤੇ ਉਹਦੇ ਨਾਲ ਇਹਨੇ ਮਤਲਬ ਕੰਪਿਊਟਰ ਨੂੰ ਚਲਾਉਣਾ ਕੋਸ਼ਿਸ਼ ਕੀਤੀ, ਨਹੀਂ ਸੀ ਚੱਲਦਾ। ਇਹਨੇ ਬੜੀ ਕੋਸ਼ਿਸ਼ ਦੇ ਨਾਲ ਇਸਨੇ ਮੂੰਹ ਦੇ ਵਿੱਚ ਸਟਿੱਕ ਪਾ ਕੇ ਇਹਨੂੰ ਚਾਲੂ ਕਰਨ ਦਿੱਤਾ ਸੀ, ਔਰ ਕਰਦਿਆਂ ਕਰਾਉਂਦਿਆਂ ਇਹ ਉਸ ਦਿਨ ਤੋਂ ਅੱਜ ਦਿਨ ਤੱਕ ਮਤਲਬ ਇਹਨੇ ਆਪਣੇ ਕੰਪਿਊਟਰ ਦੇ ਵਿੱਚ ਪੂਰਾ ਕਾਮਯਾਬ ਹੋ ਗਿਆ। ਇਸ ਟਾਈਮ ਨੇ ਕੋਈ ਵੀ ਸੋਫਟਵੇਅਰ ਆ ਕੁਛ ਵੀ ਆ, ਮਤਲਬ ਇਹਦੇ ਵਿੱਚ ਕੰਪਿਊਟਰ 'ਚ ਕੋਈ ਪ੍ਰੋਬਲਮ ਵੀ ਆਉਂਦੀ ਆ, ਕਿਸੇ ਹੋਰ ਦਾ ਵੀ ਕਿਸੇ ਨੂੰ ਪ੍ਰੋਬਲਮ ਆ ਜਾਂਦੀ ਆ, ਪਰਵਾਹ ਨਾ ਕਰਦਿਆਂ ਉਸਨੂੰ ਛੱਡ ਕੇ ਪੇਕੇ ਘਰ ਚਲੀ ਗਈ ਤੇ ਬੱਚੀ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਵੀ ਮਨਪ੍ਰੀਤ ਦੇ ਨਾਲ ਨਾਲ ਮਾਤਾ ਅਵਤਾਰ ਕੌਰ ਦੇ ਸਿਰ ਆ ਗਈ, ਜਿਨ੍ਹਾਂ ਦੇ ਕਿ ਹੱਥ ਅਤੇ ਪੈਰ ਬਿਲਕੁਲ ਕੰਮ ਨਹੀਂ ਕਰਦੇ, ਕੇਵਲ ਮੂੰਹ ਦੇ ਵਿੱਚ ਹੀ ਸਟਿੱਕ ਲੈ ਕੇ ਕੀਬੋਰਡ ਦੇ ਨਾਲ ਸਾਰਾ ਕੰਪਿਊਟਰ ਚਲਾਉਂਦੇ ਹਨ। ਮੈਂ ਬਹੁਤ ਹੀ ਮਾਣ ਮਹਿਸੂਸ ਕਰਦਾ ਹਾਂ ਕਿ ਮੈਂ ਇਹਨਾਂ ਦੇ ਕੋਲੋਂ ਕੰਪਿਊਟਰ ਦੀ ਬਹੁਤ ਜ਼ਿਆਦਾ ਨੌਲੇਜ ਲਈ ਹੈ ਅਤੇ ਇਹਨਾਂ ਦੇ ਨਾਲ ਬੈਠ ਕੇ ਇਹਨਾਂ ਦੀ ਹੈਲਪ ਵੀ ਕਰਦਾ ਹਾਂ ਅਤੇ ਕੰਪਿਊਟਰ ਵੀ ਸਿੱਖਦਾ ਹਾਂ। ਅਜੋਕੇ ਸਮੇਂ ਦੇ ਵਿੱਚ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਵੱਡੀ ਇੱਕ ਮਿਸਾਲ ਹੈ
ਇੱਕ ਅਜਿਹਾ ਸ਼ਖਸ ਜੋ ਕਿ ਹੱਥਾਂ ਪੈਰਾਂ ਤੋਂ ਬਾਹਰ ਹੈ, ਉਸਦੇ ਬਾਵਜੂਦ ਵੀ ਆਪਣੀ ਰੋਜ਼ੀ ਰੋਟੀ ਖੁਦ ਕਮਾ ਰਿਹਾ ਹੈ, ਅਤੇ ਅੱਜ ਦੇ ਨੌਜਵਾਨ ਜਿਹੜੇ ਬਿਲਕੁਲ ਤੰਦਰੁਸਤ ਹੱਟੇ ਕੱਟੇ ਨਸ਼ਿਆਂ ਦੇ ਨਾਲ ਇੰਨਾ ਜ਼ਿਆਦਾ ਉਹਨਾਂ ਨੇ ਆਪਣੇ ਜੀਵਨ ਨੂੰ ਬਰਬਾਦ ਕੀਤਾ ਹੈ, ਕਿ ਅੱਜ ਉਹ ਮਾਤਾ ਪਿਤਾ ਜਿਹਨਾਂ ਦਾ ਸਹਾਰਾ ਬਣਨਾ ਸੀ, ਅੱਜ ਉਹ ਮਾਤਾ ਪਿਤਾ ਦੇ ਸਹਾਰੇ ਜੀਵਨ ਜਿਉਂ ਰਹੇ ਨੇ। ਲੇਕਿਨ ਮਨਪ੍ਰੀਤ ਸਿੰਘ ਜਿਹਨਾਂ ਨੇ ਪੂਰੇ ਵਰਲਡ ਦੇ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ, ਇਹਨਾਂ ਤੋਂ ਹੋਰ ਬੱਚਿਆਂ ਨੂੰ ਪ੍ਰੇਰਨਾ ਲੈ ਕੇ ਆਪਣਾ ਜੀਵਨ ਜਿਉਣਾ ਚਾਹੀਦਾ ਹੈ। ਪਿੰਡ ਵਾਸੀਆਂ ਅਨੁਸਾਰ ਇੰਨਾ ਕੁਝ ਹੋ ਜਾਣ ਦੇ ਬਾਵਜੂਦ ਨਾ ਤਾਂ ਸਰਕਾਰ, ਨਾ ਸਮਾਜ ਤੇ ਨਾ ਹੀ ਸਮਾਜ ਸੇਵੀ ਸੰਸਥਾਵਾਂ ਨੇ ਮਨਪ੍ਰੀਤ ਦੇ ਪਰਿਵਾਰ ਦੀ ਕੋਈ ਮਦਦ ਕਰਨਾ ਮੁਨਾਸਿਬ ਸਮਝਿਆ। ਸਾਡੀ ਸਰਕਾਰ ਜੋ ਤੇ ਹੋਰ ਜਿਹੜੀਆਂ ਸਮਾਜਿਕ ਧਾਰਮਿਕ ਜਥੇਬੰਦੀਆਂ ਹਨ, ਉਹਨਾਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਨੌਜਵਾਨਾਂ ਦਾ ਸਤਿਕਾਰ ਕਰਨ, ਇਹਨਾਂ ਦੀ ਮਦਦ ਕਰਨ। ਸਰਕਾਰੀ ਤੌਰ ਦੇ ਉੱਤੇ ਇਹਨਾਂ ਨੂੰ ਜਿੰਨੀ ਵੀ ਵੱਧ ਤੋਂ ਵੱਧ ਮਦਦ ਹੋ ਸਕਦੀ ਉਹ ਕਰਨੀ ਚਾਹੀਦੀ ਹੈ, ਜਿਹੜੀ ਕਿ ਅੱਜ ਤੱਕ ਮਨਪ੍ਰੀਤ ਸਿੰਘ ਦੀ ਕਿਸੇ ਆਪਣੀਆਂ ਸਦਰਾਂ ਨੂੰ ਪੂਰਾ ਕਰਨ ਅਤੇ ਕੁਝ ਬਣਨ ਲਈ ਮਾਂ ਬਾਪ ਅੱਗੇ ਕੰਪਿਊਟਰ ਲੈਣ ਲਈ ਚਿੰਤ ਕਰਨ ਲੱਗਾ ਤਾਂ ਉਸਦੇ ਮਾਮੇ ਨੇ ਉਸਦੀ ਇਹ ਮੰਗ ਪੂਰੀ ਕਰ ਦਿੱਤੀ ਤੇ ਕੰਪਿਊਟਰ ਲਿਆ ਕੇ ਦੇ ਦਿੱਤਾ। ਉਸਨੇ ਆਪਣੇ ਸ਼ੌਕ ਨੂੰ ਤਾਂ ਬੁਲੰਦੀਆਂ ਤੇ ਪਹੁੰਚਾਇਆ ਹੀ ਹੈ ਤੇ ਨਾਲ ਹੀ ਨਾਲ ਕੰਪਿਊਟਰ ਨਾਲ ਆਪਣਾ ਰੋਜ਼ਗਾਰ ਵੀ ਸ਼ੁਰੂ ਕਰ ਦਿੱਤਾ ਹੈ, ਤਾਂ ਕਿ ਉਹ ਆਰਥਿਕ ਤੌਰ ਤੇ ਕਿਸੇ ਦੇ ਬੋਝ ਨਾ ਬਣ ਸਕੇ। ਇਸੇ ਹੀ ਮੁਹਾਰਤ ਦੇ ਸਿਰ ਤੇ ਉਸਨੇ ਹੁਣ ਤੱਕ ਵਿਆਹ ਸ਼ਾਦੀਆਂ ਦੀਆਂ 1000 ਤੋਂ ਵੀ ਵੱਧ ਵੀਡੀਓ ਫਿਲਮਾਂ ਦੀ ਆਡੀਓ ਤੇ ਵੀਡੀਓ ਇਫੈਕਟਸ ਦੇ ਕੇ ਐਡੀਟਿੰਗ, ਮਿਕਸਿੰਗ, ਡਬਿੰਗ, ਐਨੀਮੇਸ਼ਨ ਅਤੇ ਫਿਨਿਸ਼ਿੰਗ ਕੀਤੀ ਹੈ। ਸਮਾਜ ਲਈ ਇੱਕ ਹੋਰ ਵੱਡਾ ਉਪਰਾਲਾ ਪੂਰਾ ਕਰਨਾ ਚਾਹੁੰਦਾ ਹੈ, ਉਹ ਹੈ ਪੰਜਾਬੀ ਵਿੱਚ ਵੈਬਸਾਈਟ ਦੀ ਸਿਰਜਣਾ ਕਰਨਾ, ਜਿਸ ਲਈ ਉਹ ਦਿਨ ਰਾਤ ਮਿਹਨਤ ਕਰ ਰਿਹਾ ਹੈ। ਮਨਪ੍ਰੀਤ ਦੀ ਸੰਘਰਸ਼ਮਈ ਜ਼ਿੰਦਗੀ ਅੱਜ ਦੇ ਨੌਜਵਾਨਾਂ ਲਈ ਇੱਕ ਪ੍ਰੇਰਣਾ ਸਰੋਤ ਹੋ ਸਕਦੀ ਹੈ। ਨੌਜਵਾਨਾਂ ਨੂੰ ਮਨਪ੍ਰੀਤ ਨੇ ਸੁਨੇਹਾ ਦਿੰਦਿਆਂ ਕਿਹਾ ਕਿ ਜਿੱਥੇ ਰੱਬ ਨੇ ਸਾਰਿਆਂ ਨੂੰ ਪੂਰੇ ਅੰਗ ਪੈਰ ਦੇ ਕੇ ਇਸ ਦੁਨੀਆਂ ਉੱਤੇ ਭੇਜਿਆ, ਕੋਈ ਵੀ ਕਸਰ ਨਹੀਂ ਰੱਖੀ, ਪਰ ਅੱਜ ਦੇ ਨੌਜਵਾਨ ਨਸ਼ਿਆਂ ਦੇ ਰਾਹ ਬਹਿ ਕੇ ਖੁਦ ਆਪਣੇ ਹੱਥੀਂ ਆਪਣੇ ਸਰੀਰ ਨੂੰ ਨਕਾਰਾ ਕਰ ਰਹੇ ਨੇ। ਉਸਨੇ ਅੱਗੇ ਕਿਹਾ ਕਿ ਉਹਨਾਂ ਨੂੰ ਰੱਬ ਦੀ ਦਿੱਤੀ ਬਖਸ਼ਿਸ਼ ਦੀ ਕਦਰ ਕਰਨੀ ਚਾਹੀਦੀ ਹੈ ਤੇ ਆਪਣੇ ਸਰੀਰ ਤੋਂ ਚੰਗੇ ਅਮਲ ਕਰਨੇ ਚਾਹੀਦੇ ਨੇ। ਸਾਡੇ ਨੌਜਵਾਨ ਜੋ ਨਸ਼ਾ ਕਰਕੇ ਆਪਣੇ ਸਰੀਰ ਨੂੰ ਬਰਬਾਦ ਕਰ ਰਹੇ ਹੈ, ਆਪਣੇ ਆਪ ਨੂੰ ਪਾਲ ਚਾਂਦੀ ਨਾਲ ਬਣਾ ਰਹੇ, ਉਹਦਾ ਮੈਨੂੰ ਹੋਰ ਵੀ ਚੱਲ ਲੱਗਦਾ ਹੈ। ਮੈਂ ਇਹੀ ਚਾਹੁੰਦਾ ਉਹਨਾਂ ਨੂੰ, ਮੇਰੀ ਇੱਕ ਬੇਨਤੀ ਹੈ ਕਿ ਤੁਸੀਂ ਆਪਣੇ ਸਰੀਰ ਨੂੰ ਇਸ ਤਰ੍ਹਾਂ ਨਸ਼ਾ ਚਲਾ ਬਰਬਾਦ ਕਰੋ। ਤੁਹਾਨੂੰ ਕੁਦਰਤ ਨੇ ਬਹੁਤ ਹੀ ਵਧੀਆ ਸਰੀਰ ਦਿੱਤਾ ਹੈ, ਇਹ ਅਮੁੱਲ ਹੈ, ਅਤੇ ਆਪਣਾ ਤੁਸੀਂ ਕੰਮ ਕਰੋ, ਆਪਣੇ ਕੰਮ ਕਰੋਗੇ, ਆਪਣੇ ਮਾਂ ਬਾਪ ਨੂੰ ਮਦਦ ਕਰੋ, ਤੁਹਾਡੇ ਮਾਂ ਬਾਪ ਨੂੰ ਖੁਸ਼ੀ ਹੋਊਗੀ, ਸਮਾਜ ਤਰੱਕੀ ਕਰੂਗਾ। ਸਰਕਾਰ ਨੇ ਸਾਡੇ ਵਰਗੇ ਲੋਕਾਂ 'ਤੇ ਕੋਈ ਧਿਆਨ ਨਹੀਂ ਦਿੰਦੀ, ਸਿਰਫ ਆਪਣੀ ਫਾਰਮੈਲਿਟੀ ਜਿਵੇਂ ਕਹਿ ਸਕਦੇ ਔਪਚਾਰਿਕਤਾ ਉਹ ਵੀ ਪੂਰੀ ਕਰਦੀ ਹੈ, ਔਰ ਉਹਨਾਂ ਨੂੰ ਸਾਡੇ ਵਰਗੇ ਲੋਕਾਂ ਨਾਲ ਕੋਈ ਮਤਲਬ ਨਹੀਂ। ਹਾਲਾਂਕਿ ਮੇਰੇ ਵਿੱਚ ਜੇ ਕੁਦਰਤ ਨੇ ਗੁਣ ਦਿੱਤਾ ਹੈ, ਇਸ ਦੇ ਬਾਵਜੂਦ ਹਜੇ ਤੱਕ ਸਰਕਾਰ ਨੇ ਜਾਂ ਸਮਾਜ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਨਮਾਨ ਜਾਂ ਹੋਰ ਕੁਛ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਸਮਾਜ ਵਿੱਚ ਅਜਿਹੇ ਬਹੁਤ ਸਾਰੇ ਮਨਪ੍ਰੀਤ ਸਿੰਘ ਹਨ ਜੋ ਕਿ ਕੁਦਰਤੀ ਕਰੋਪੀ ਦੇ ਸ਼ਿਕਾਰ ਤਾਂ ਹਨ ਹੀ, ਤੇ ਉਹਨਾਂ ਵੱਲ ਸਮਾਜ ਤੇ ਸਰਕਾਰ ਵੀ ਕੋਈ ਖਾਸ ਧਿਆਨ ਨਹੀਂ ਦਿੰਦੀ ਤੇ ਉਹ ਪਲ ਪਲ ਮੌਤ ਹਡੋਲੇ ਆਪਣੀ ਜ਼ਿੰਦਗੀ ਬਸਰ ਕਰਨ ਦੇ ਢੰਗ ਤਰੀਕੇ ਆਪ ਹੀ ਖੋਜ ਲੈਂਦੇ ਨੇ ਤੇ ਦੂਜਿਆਂ ਉੱਤੇ ਬੋਝ ਨਹੀਂ ਪਾਉਂਦੇ। ਪਰੰਤੂ ਉਹਨਾਂ ਦਾ ਸਮਾਜ ਅਤੇ ਸਰਕਾਰ ਉੱਤੇ ਇਹ ਵੀ ਸ਼ਿਕਵਾ ਹੈ ਕਿ ਕਿਸੇ ਨੇ ਵੀ ਆ ਕੇ ਉਹਨਾਂ ਦੀ ਪਾਲੀ ਪੜੀ। ਲਸਾਰਾ ਤੋਂ ਸਾਡੇ ਹੀ ਤ੍ਰਿਮਲ ਖੁਰਾ ਦੀ ਰਿਪੋਰਟ।